ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਨਸ਼ਾ ਮੁਕਤ ਤੇ ਦੜਾ ਸੱਟਾ ਮੁਕਤ ਕਰਪਾਇਆ ਜਾਵੇ ਜਿਸ ਤੋਂ ਬਾਅਦ ਵਿਧਾਨ ਸਭਾ ਹਲਕਾ ਅਟਾਰੀ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਸਿਆਲਕਾ ਨੇ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਕੀਤੀ ਹੈ ਪਰ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਪਰ ਉਹ ਫੇਲ ਮੰਤਰੀ ਸਾਬਿਤ ਹੋਏ ਨੇ ਨਾਲ ਹੀ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦਾ ਜ਼ਿਕਰ ਕਰਦੇ ਆ ਕਿ ਕੁਝ ਕਿਹਾ ਆਉ ਸੁਣਦੇ ਉਹਨਾਂ ਦੀ ਜ਼ੁਬਾਨੀ ਸਾਡੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4.5 ਸਾਲ ਜਿਹੜੇ ਜਿਨ੍ਹਾਂ ਤੋਂ ਬੜੀਆਂ ਆਸਾਂ ਉਹਨਾਂ ਨੇ ਗੁਟਕਾ ਹੱਥ ਚ ਲੈ ਕੇ ਮਹਾਰਾਜ ਦਾ ਨਾਂ ਲੈ ਕੇ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨੂੰ ਲੇਕਿਨ ਉਹ 4.5 ਸਾਲ ਸਾਰੇ ਮੈਂਬਰ ਪਾਰਲੀਮੈਂਟ ਔਰ ਮੰਤਰੀ ਸਹਿਬਾਨ ਔਰ ਐਮਐਲਏ ਸਹਿਬਾਨ ਸਾਰੇ ਉਹਨਾਂ ਨਾਲ ਦੇ ਦੇ ਕਿ ਸ਼ਾਇਦ ਕਿਤੇ ਨਾ ਕਿਤੇ ਆ ਕੇ ਸਟੈਂਡ ਲੈਣਗੇ ਲੇਕਿਨ ਜਦੋਂ ਉਹਨਾਂ ਨੇ ਸਾਡੇ 48 ਸਾਲ ਜਿਹੜੇ ਬੜਾ ਲੰਮਾ ਸਮਾਂ ਬਤੀਤ ਕਰ ਦਿੱਤਾ ਤੇ ਪੰਜਾਬ ਦੇ ਸਮੁੱਚੇ ਮੈਂਬਰ ਪਾਰਲੀਮੈਂਟ ਨੇ ਔਰ ਐਮਐਲਏ ਸਾਹਿਬਾਂ ਤੇ ਮੰਤਰੀ ਸਾਹਿਬਾਂ ਨੇ ਮਹਿਸੂਸ ਕੀਤਾ ਤੇ ਇਹ ਗੱਲ ਹਾਈ ਕਮਾਂਡ ਤੱਕ ਪਹੁੰਚਾਈ ਤੇ ਕੈਪਟਨ ਸਾਹਿਬ ਨੂੰ ਗੱਦੀ ਤੋਂ ਲਾਂਭੇ ਕਰਕੇ ਉਹਨਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਮੀਦਵਾਰ ਉਹ ਬਦਲ ਦਿੱਤਾ ਜਿਨ੍ਹਾਂ ਦੀ ਕਾਰਗੁਜ਼ਾਰੀ 111 ਦਿਨਾਂ ਦੀ ਤੁਹਾਡੇ ਸਾਹਮਣੇ ਹੀ ਹੈ ਜਥੀ ਸਿੰਘ ਆਜਾ ਅਸ਼ਾਰਾ ਸਟੈਪ ਚੁੱਕਿਆ ਬਰਾਬਰੀ ਹਵਾ ਪਰ ਇਹਨਾਂ ਨੂੰ ਨੰਬਰ ਦਿੰਦੇ ਹੋ ਸੈਂਸ ਦਾਜੰ ਮਨੋ ਮਦ੍ਰਿਦਾ ਬਿਆਨੀ ਆਇਆ ਵੈਸੇ ਬਾਰੇ ਤੇ ਇਹ ਹੰਤਾ ਪਰਸਰ ਇਕੱਲੇ ਆਈਆਂ ਚ ਕਿਸੇ ਪੂਰੀ ਕਾਲਸ ਦਾ ਚਲੇ ਗਏ ਦੇਖੋ ਜੀ ਜਿਹਦੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਚਲਿਆਂਦੇ ਤੇ ਸਭ ਤੋਂ ਪਹਿਲਾਂ ਸਰਦਾਰ ਗਰਜੀਤ ਸਿੰਘ ਔਜਲਾ ਇਹ ਬਾਅਦ ਮੈਂਬਰ ਪਾਰਲੀਮੈਂਟ ਜਿਹਨੇ ਜੰਤਰ ਮੰਤਰ ਤੇ ਦਰੀ ਬਸਾਂ ਕੇ ਦੇ ਧਰਨਾ ਦਿੱਤਾ ਦੇ ਸਕੋਦੇ ਤੋਂ ਬਾਅਦ ਉਹਨਾਂ ਦੇ ਨਾਲ ਸਰਦਾਰ ਜਸਬੀਰ ਸਿੰਘ ਜੀ ਡਿੰਪਾ ਜੀ ਔਰ ਸਰਦਾਰ ਅਮਨੀਤ ਸਿੰਘ ਬਿੱਟੂ ਸਰਦਾਰ ਕਲਬੀਰ ਸਿੰਘ ਜੀਰਾ ਸਮੇਤ ਬਹੁਤ ਸਾਰੇ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੇ ਲੰਮਾ ਸਮਾਂ ਜਿਹੜੀ ਉਹ ਲੜਾਈ ਲੜੀ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਤੇ ਖੇਤ ਦੇ ਵਿੱਚ ਉਹਦੇ 'ਚ ਕਾਮਯਾਬ ਹੋਏ। ਐਵੇਂ ਜਿਹੜਾ ਨਸ਼ੇ ਦਾ ਮੁੱਦਾ ਸਰਦਾਰ ਗਰਜੀਤ ਸਿੰਘ ਔਜਲਾ ਇੱਕ ਆਵਾਜ਼ ਸ਼ਖਸੀਅਤ ਪਹਿਲੇ ਮੈਂਬਰ ਪਾਰਲੀਮੈਂਟ ਆ ਜਿਨ੍ਹਾਂ ਨੇ ਜੋ ਗੱਲ ਕਹੀ ਆ ਭਾਇਓ ਨਸ਼ਿਆਂ ਦੇ ਵਿਰੁੱਧ ਆ ਤੇ ਚਾਹੇ ਉਹ ਕਿਸਾਨੀ ਦੇ ਮੁੱਦੇ ਤੇ ਲੜਾਈ ਹੀ ਉਹਨਾਂ ਨੇ ਉਹਦੇ 'ਚ ਜਿੱਤ ਪ੍ਰਾਪਤ ਕੀਤੀ ਆ ਤੇ ਇਹਦੇ 'ਚ ਵੀ ਉਹ ਜਿੱਤ ਹਾਸਲ ਕਰਨਗੇ। ਚਲਦਾਤਾ ਦੀ ਕਿ ਲੱਗਦਾ ਨਹੀਂ ਕਿ ਅਗਰ 10 ਤੋਂ ਬਾਅਦ ਕਾਂਗਰਸ ਸਰਕਾਰ ਪੱਤਾ ਜਾਂਦੀ ਤਾਂ ਤੁਸੀਂ ਇਹ ਕੰਮ ਵਿਧਾਨ ਸਭਾ ਜਾ ਕੇ ਵੀ ਕਰਵਾ ਸਕਦੇ ਇਹ ਡੀਜੀਪੀ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਪੰਜਾਬ ਪੁਲਿਸ ਦੇ ਜਿਹੜੇ ਫਰਜ਼ ਹੀ ਉਹਨਾਂ ਨੇ ਨਹੀਂ ਨਿਭਾਏ ਆ ਮੈਂ ਕੱਲੀ ਤੁਹਾਨੂੰ ਮੇਰਾ ਟਾਰੀ ਹਲਕੇ ਤੋਂ ਮੈਂ ਕਾਂਗਰਸੀ ਆਇਤ ਕਾਂ ਇਲੈਕਸ਼ਨ ਲੜੀ ਆ ਤੇ ਬਹੁਤ ਸਾਰੇ ਜਿਹੜੇ ਹੋਰ ਮੁੱਦੇ ਸਭ ਤੋਂ ਅਹਿਮ ਮੁੱਦਾ ਲੋਕਾਂ ਦਾ ਇਹ ਹੀ ਜਨਵਨੀਆਂ ਤੇ ਬਜ਼ੁਰਗ ਜਿਹੜੇ ਵੱਡੇ ਪੱਦਰ ਤੇ ਵਾਸਤਾ ਪਾਉਂਦੇ ਵੀ ਔਜਲਾ ਸਾਹਿਬ ਸਿਆਲਕਾ ਜੀ ਜੇ ਸਰਕਾਰ ਤੁਹਾਡੀ ਪੰਜਾਬ ਦੇ ਲੋਕ ਮਨਾਉਂਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਜਵਾਨੀ ਨੂੰ ਬਚਾਉਣ ਲਈ ਕੋਈ ਵਧੀਆ ਅਪਰਾਲਾ ਕਰਿਓ ਤੇ ਸਰਦਾਰ ਗਰਜੀਤ ਸਿੰਘ ਅਬਦੁੱਲਾ ਜਿਸ ਦਿਨ ਅਸੀਂ ਇਲੈਕਸ਼ਨ ਮੈਮ ਸ਼ੁਰੂ ਕੀਤੀ ਮੇਰੀ ਇਲੈਕਸ਼ਨ ਦੇ ਇੰਚਾਰਜ ਵੀ ਨੇ ਤੇ ਆਪਾਂ ਬਾਸਰ ਕੇ ਗੱਲਾਂ ਗੁਰੂ ਅਮਰਦਾਸ ਜੀ ਪੁੱਤਰ ਧਰਤੀ ਤੋਂ ਖਾਨਪਾਟ ਸਾਹਿਬ ਦਾ ਭੋਗ ਸੁਖਮਨੀ ਸਾਹਿਬ ਦਾ ਭੋਗ ਪਵਾ ਕੇ ਇਲੈਕਸ਼ਨ ਸ਼ੁਰੂ ਕੀਤੀ ਤੇ ਉਸ ਦਿਨ ਹੀ ਅਬਦੁੱਲਾ ਸਾਹਿਬ ਨੇ ਪਰਮ ਕੀਤਾ ਕਿ ਇਲੈਕਸ਼ਨ ਜਤਨ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਰੂਲਰ ਤੇ ਸਮੁੱਚਾ ਸਟਾਫ ਨਾਲ ਲਿਆ ਕੇ ਨਸੇ ਅਮਰੋ ਜਿਹੜਾ ਹਾਦਸੇ ਨਾ ਆ ਤੇ ਉਸ ਤੋਂ ਬਾਅਦ ਉਹਨਾਂ ਸਰਦਾਰ ਗਰਜੀਤ ਸਿੰਘ ਔਜਲਾ ਜੀ ਨੇ ਦੋ ਕਦਮ ਅੱਗੇ ਵਾਧਿਆ ਡੀਜੀਪੀ ਪੰਜਾਬ ਨੂੰ ਇੱਕ ਲੈਟਰ ਲਿਖਿਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜ਼ਿਕਰ ਜੋਗੇ ਕਿ ਕਾਂਗਰਸ ਨੇ ਨਸ਼ੇ ਦੇ ਮੁੱਦੇ ਤੇ ਚੋਣਾ ਲੜੀਆਂ ਸੀ ਤੇ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੇਣਗੇ ਲੇਕਿਨ 5 ਸਾਲ ਬੀਤ ਜਾਣ ਦੇ ਬਾਅਦ ਵੀ ਨਸ਼ਾ ਖਤਮ ਨਹੀਂ ਹੋਇਆ ਪਰ ਹੁਣ ਕਾਂਗਰਸੀਆਂ ਦੇ ਵੱਲੋਂ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਰਿਹਾ ਹੈ ਉੱਥੇ ਹੀ ਨਸ਼ਾ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ